ਮੇਰੇ ਯਹਾਂ ਸ਼ਾਦੀ ਹੋਈ ਹੈ ਜੀ, ਦੋ ਗੁੜੀਆਂ ਹੈ, ਮੇਰੀ ਬੇਟੀ ਇੰਗਲੈਂਡ ਹੈ। ਇੰਗਲੈਂਡ ਦੇ ਵਿੱਚ ਬੇਟੀ ਹੈ? ਹਾਂ। ਛੋਟੇ ਭਰਾ ਦਾ ਮੁੰਡਾ ਵੀ ਕੈਲੀਫੋਰਨੀਆ ਹੈ। ਅੱਛਾ ਜੀ। ਤੇ ਵੱਡੇ ਭਰਾ ਦੀਆਂ ਗੁੜੀਆਂ ਵੀ USA ਹੈ। ਪਰਿਵਾਰ ਸਾਰਾ USA ਦੇ ਵਿੱਚ? ਸਾਰਾ ਫੋਰਨ ਹੈ ਜੀ। ਟਰੈਲੀ ਜਾਣ ਲਈ ਇੱਧਰ ਜੋ ਸਲਿਪ ਹੋ ਗਈ ਨਾ, ਮੋਟਰਸਾਈਕਲ ਡਿੱਗ ਗਿਆ ਮੈਂ, ਉਹ ਟਰੈਲੀ ਦੇ ਟਾਇਰ ਉੱਤੋਂ ਨਿਕਲ ਗਿਆ, ਦੋਵੇਂ ਲੱਤਾਂ ਗਈਆਂ। ਆ ਗਿਆ ਆਂਟੀ ਜੀ ਨਾਲ ਗੱਲ ਕੀਤੀ ਸੀ ਇਹਨਾਂ ਦੇ ਮੀਸੀ ਜੀ ਨਾਲ ਜੀ ਮੈਂ, ਉਹ ਆਂਟੀ ਜੀ ਕਹਿੰਦੇ ਇਹਨੂੰ ਕਿੱਥੇ ਮਰਜ਼ੀ ਛੱਡ ਦੇ, ਵੀ ਸਾਡੀ ਬੇਨਤੀ ਹੱਥ ਬੰਨ ਕੇ, ਤੂੰ ਨਹੀਂ ਤੂੰ ਛੱਡ ਕੇ ਚਲਿਆ ਜਾ ਮੈਨੂੰ ਕਹਿੰਦੇ ਜੀ। ਥਿੰਕਿੰਗ ਉਹਨਾਂ ਦੀ ਇਹ ਸੀ ਜੀ, ਮੇਰੀ ਫੋਨ ਤੇ ਗੱਲ ਹੋਈ ਉਹਨਾਂ ਨੂੰ ਤਕਰੀਬਨ 3-4 ਵਾਰੀ। ਮੈਂ ਕਿਹਾ ਗੱਲਾਂ ਪਹਿਲਾਂ ਪੁੱਛ ਦੱਸਣੀਆਂ, ਮੈਂ ਜੀ ਮੈਂ ਉਹਨਾਂ ਨੂੰ ਕੱਪੜੇ ਚੇਂਜ ਬਾਰੇ ਕਿਹਾ ਸੀ, ਮੈਂ ਕਹਿੰਦਾ ਲੈਟਰਿੰਗ ਬਾਥਰੂਮ ਵਿੱਚ ਕਿੱਦਾਂ ਹੋਇਆ ਮਾਤਾ ਜੀ, ਇਹਦੇ ਕੱਪੜੇ ਚੇਂਜ ਕਰਨੇ ਨੇ। ਉਹ ਕਹਿੰਦੀ ਕਿਹੜੇ ਲੈ ਕੇ ਜਾਣਗੇ, ਉਹ ਆਪ ਹੀ ਚੇਂਜ ਕਰ ਦੇਣਗੇ ਜੀ। ਮੈਂ ਕਿਹਾ ਭੈਣੇ ਤੁਸੀਂ ਮੈਨੂੰ ਤੇ ਬੜਾ ਪਿਆਰ ਨਾਲ ਬੋਲ ਰਹੇ ਜੀ, ਚਲੋ ਧੰਨਵਾਦ ਤੁਹਾਡਾ। ਤੁਸੀਂ ਆ ਜਿਹੜੇ ਵੀਰੇ ਨੇ ਫੋਨ ਲਾਇਆ ਸੀ, ਤੁਸੀਂ ਇਹਨਾਂ ਨੂੰ ਇੱਕ ਗੱਲ ਕਹੀ ਆ ਕਿ ਨਾ ਤੇ ਵੀਰੇ ਤੂੰ ਸਾਂਭ ਇਹਨੂੰ, ਹਨਾ, ਤੂੰ ਇਹਨੂੰ ਛੱਡ ਦੇ ਤੇ, ਠੀਕ ਹੈ ਜੀ, ਤੇ ਨਾ ਸਾਡੇ ਕੋਲ ਲੈ ਕੇ ਆਇਓ। ਇਹ ਗੱਲਾਂ ਕਿਉਂ ਕਹੀਆਂ ਤੁਸੀਂ? ਉਹ ਕਹਿੰਦੇ ਕਿ ਮੈਂ ਗੱਲ ਕਹੀ ਨਹੀਂ ਆ। ਆਂਟੀ ਜੀ ਤੁਹਾਡਾ ਇਕੱਲਾ ਪੁੱਤਾ, ਤੁਸੀਂ ਇਹ ਵੀ ਗੱਲ ਕਹੀ ਸੀ ਮੈਨੂੰ ਵੀ ਮਤਲਬ ਜੇ ਤੂੰ ਵੀਡੀਓ ਪਾਏਗਾ ਅਸੀਂ ਤੇਰੇ ਪਰਚਾ ਦਰਜ ਬਾਰੇ ਗੱਲ ਨਹੀਂ ਹੋਈ, ਤੁਸੀਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਇਕੱਲੇ ਮੁੰਡੇ ਦੀ ਸਹੁੰ ਖਾ ਕੇ ਦੱਸ ਦਿਓ, ਕਹੀ ਨਹੀਂ ਤੁਸੀਂ ਗੱਲ ਮੈਨੂੰ? ਮੂੰਹ ਤੋਂ ਨਿਕਲ ਗਿਆ ਜੀ, ਕਹਿੰਦੇ ਮੂੰਹ ਤੋਂ ਨਿਕਲ ਗਿਆ ਜੀ। ਚਲੋ ਲੈ ਕੇ, ਮੈਂ ਲੈ ਕੇ ਵਕੀਲ ਲੈ ਕੇ ਤੇ ਘਰ ਚੋ ਜਾਣਾ, ਜਿਹਨੂੰ ਨਹੀਂ ਸਮਝਦੇ ਫਿਰ ਤੇਰੀ ਜ਼ਮੀਨ ਜਾਇਦਾਦ ਤਾਂ ਨਹੀਂ ਸਮਝਦੇ। ਜ਼ਮੀਨ ਜਾਇਦਾਦ ਹੈ ਜੀ ਕਿਹੜੀ ਮਾਨਵਾ ਲਿੱਤੀ ਸੀ ਬਜ਼ੁਰਗ ਤੋਂ ਜੀ, ਹੁਣ ਤਾਂ ਲੱਤਾਂ ਹੀ ਮਾਰ ਗਈ। ਉਹ ਟੁੱਟ ਜਾਂਦੀ ਹੁੰਦੀ ਆ, ਨਾਲੋਂ ਟੁੱਟ ਜਾਂਦੀ ਹੁੰਦੀ ਆ, ਸਾਰਾ ਪਤਾ ਵਾ ਸਾਨੂੰ। ਹੋਰ ਭਾਅ ਜੀ ਠੀਕ ਠਾਕ ਜੀ? ਹੋਰ ਠੀਕ ਠਾਕ ਸਿੱਧਾ? ਮੇਰਾ ਦਿਲ ਪੈਂਦਾ ਘਬਰਾਉਂਦਾ ਹੈ। ਅੱਛਾ ਜੀ। ਮੈਨੂੰ ਦੌਰੇ ਪੈਂਦੇ ਆ, ਦੌਰੇ ਪੈਂਦੇ ਆ ਮੈਨੂੰ। ਹਾਂਜੀ। ਇਹ ਦੋ ਟੀਕੇ ਲੱਗਣੇ ਆ। ਹਾਂਜੀ। ਨਿਊਰੋਬਿਨ ਐਂਡ ਡੈਜ਼ਾਪਾਮ। ਕਿਹੜਾ ਪਿੰਡ ਕਿਹੜਾ ਤੁਹਾਡਾ? ਹਾਵੜੀ ਹੈ ਬੇਟੇ, ਕੈਸਲ ਦੇ ਕੋਲ। ਹਾਵੜੀ ਕੈਸਲ ਦੇ ਕੋਲ? ਹਾਂਜੀ। ਅੱਛਾ ਜੀ। ਮੈਂ ਬੁਰਾ ਹਾਲ ਮੇਰਾ ਬੇਟੇ, ਲਾ ਦੇ ਦੋ ਟੀਕੇ, ਪੈਸੇ ਦਿਆਂਗਾ। ਕੋਈ ਗੱਲ ਨਹੀਂ। ਅਤੇ ਇੱਥੇ ਕਿੱਦਾਂ ਆਏ ਬੇਟੇ? ਮਾਮੇ ਹੈ ਮੇਰੇ, ਸਮਾਨਾ ਮੰਡੀ ਚੀਮੇ। ਅੱਛਾ ਜੀ। ਉਹ ਸਿਲਮਾਲ ਨਹੀਂ ਸੀ ਪੁਰਾਣਾ, ਅਤੇ ਸਕੂਲ ਬਣ ਗਿਆ। ਹਾਂਜੀ। ਉਹਦੇ ਨਾਲ ਹੀ ਕਰਨ ਚੀਮਾ, ਬਿਆਨ ਚੰਗ ਚੀਮਾ, ਲੰਬੜਦਾਰ। ਅੱਛਾ ਜੀ। ਉਹਨਾਂ ਕੋਲ ਆਇਆ ਸੀ ਬੇਟੇ। ਇਹ ਕਦੋਂ ਕਹਿੰਦਾ ਵੀਰ ਇੱਥੇ ਆਏ? ਅੱਛਾ, ਕੋਈ ਛੱਡ ਕੇ ਗਿਆ ਕੋਈ ਕਿ ਜਾਂ ਕਿੱਦਾਂ? ਨਹੀਂ ਜੀ, ਇੱਥੇ ਮਤਲਬ ਬੱਸ ਤੋਂ ਉਤਰੇ ਜੀ ਇਹ। ਅੱਛਾ ਜੀ। ਹਾਂਜੀ, ਪਤਾ ਨਹੀਂ ਕਿੱਦਾਂ ਚਾੜੇ, ਪਿੱਛੇ ਬਾਪੂ ਜੀ ਦੀ ਲੈਟਰ ਨਿਕਲੀ। ਦੋ ਦਿਨ ਹੋਏ, ਦੋ ਦਿਨ ਲੈਟਰ ਨਹੀਂ, ਦੋ ਤਿੰਨ ਦਿਨ ਕੱਲ ਹੀ ਹੋਇਆ ਜੀ। ਅੱਛਾ ਜੀ। ਕੱਲ ਹੋਇਆ ਜੀ, ਕੱਲ ਸੀ ਇੱਥੇ।
ਪਿੱਛੇ ਲੈਟਰਿੰਗ ਪਿੱਛੇ ਸਾਰਾ ਕੁਛ, ਮਤਲਬ ਪਿੱਛੇ ਬਾਬਾ ਜੀ ਦੀ ਨਿਕਲੀ ਪਈ ਸੀ ਕੱਪੜੇ ਚੇਂਜ ਕਰੇ, ਮੈਂ ਨਿਕਲ ਰਿਹਾ ਸੀ। ਛੋਟੇ ਭਰਾ ਦਾ ਮੁੰਡਾ ਵੀ ਕੈਲੀਫੋਰਨੀਆ, ਤੇ ਵੱਡੇ ਭਰਾ ਦੀਆਂ ਗੁੱਡੀਆਂ ਵੀ ਯੂਐਸਏ ਹੈ, ਸਾਰਾ ਫੋਰਨ ਹੈ ਜੀ। ਸ਼ਾਦੀ ਹੋਈ ਹੈ ਜੀ, ਦੋ ਗੁੜੀਆਂ ਹੈ, ਮੇਰੀ ਬੇਟੀ ਇੰਗਲੈਂਡ ਹੈ, ਇੰਗਲੈਂਡ ਦੇ ਵਿੱਚ ਬੇਟੀ ਆ। ਹਾਂ ਇੰਗਲੈਂਡ, ਇਹ ਸਾਊਥ ਲੰਡਨ ਦੇ ਨਾਲ ਹੀ ਸ਼ਹਿਰ ਹੈ, ਰਿਚ ਰਿਚ। ਕਿਹੜਾ? ਰਿਚ ਰਿਚ। ਓਕੇ, ਰਿਚ ਰਿਚ ਚ ਰਹਿੰਦੇ ਆ, ਡਾਕਟਰ ਆ ਉਹ। ਅੱਛਾ, ਡਾਕਟਰ ਆ। ਤਾਂ ਉਹਨਾਂ ਨੂੰ ਤੁਹਾਨੂੰ ਪਤਾ ਕਿ ਤੁਸੀਂ ਇਸ ਕੰਡੀਸ਼ਨ ਦੇ ਵਿੱਚ ਇਦਾਂ ਰੋੜਾ ਦੇ ਰਹੇ ਹੋ? ਸਾਰਾ ਪਤਾ, ਸਾਰਾ ਪਤਾ। ਓਕੇ, ਤੇ ਮੈਂ ਦੁਖੀ ਹੋਇਆ ਕਰੂੰ ਆ ਜਾਂਦਾ। ਨਹੀਂ ਜੀ, ਉਹਨਾਂ ਨੂੰ ਸਾਰਾ ਪਤਾ, ਫਿਰ ਲੈ ਕੇ ਕਿਉਂ ਨਹੀਂ ਜਾਂਦੇ? ਲੈ ਕੇ ਜਿਹੜੀ ਮੈਡਮ ਹੈ ਨਾ। ਮੈਡਮ ਕੌਣ? ਮੇਰੀ ਮਿਸਿਜ਼। ਓਕੇ, ਉਹ ਆਉਂਦੀ ਵੀ ਜਦ ਦਫਾ ਉਮਰ ਸਾਡੇ ਨਾਲ, ਸਾਨੂੰ ਕੋਈ ਜਿੱਥੇ ਮਰਜ਼ੀ ਜਾ, ਕੋਈ ਤੰਗ ਪਰੇਸ਼ਾਨ ਕਰਦੇ ਹੋਗੇ? ਤੰਗ, ਹਾਂਜੀ, ਪਰੇਸ਼ਾਨ ਕਰਦੇ। ਤੁਸੀਂ ਤੰਗ ਪਰੇਸ਼ਾਨ ਕਰਦੇ ਹੋਗੇ ਉਹਨਾਂ ਨੂੰ? ਨਹੀਂ ਜੀ, ਉਹ ਕਰਦੇ ਆ ਮੈਨੂੰ ਤੰਗ ਪਰੇਸ਼ਾਨ। ਤੂੰ ਜਾ ਬਾਬਾ, ਹੱਥ ਜੋੜੇ ਜਿੱਥੇ ਜਾਣੇ ਜਾ। ਨਾਂ ਕੀ ਆ ਤੁਹਾਡਾ? ਮੇਰਾ ਲਾਭ ਸਿੰਘ ਹੈ, ਪ੍ਰੋਫਿਟ ਸਿੰਘ। ਲਾਭ ਸਿੰਘ? ਹਾਂਜੀ, ਪ੍ਰੋਫਿਟ ਸਿੰਘ ਅੰਗਰੇਜ਼ੀ 'ਚ ਕਹਿੰਦੇ ਹੈ। ਲਾਭ? ਓਕੇ, ਪ੍ਰੋਫਿਟ ਸਿੰਘ। ਓਕੇ ਜੀ, ਮੈਂ ਇੰਗਲਿਸ਼ ਬਹੁਤ ਜਾਣਦਾ। ਓਕੇ, ਕਿੰਨੀ ਸਟੱਡੀ ਕਿੰਨੀ ਕੀਤੀ ਆ? ਸਟੱਡੀ ਮੈਂ ਤਾਂ ਬੀ ਏ ਕਰਕੇ ਫਿਰ ਐੱਮ ਏ ਸੀ ਕਰ ਲਈ ਸੀ। ਮੈਂ ਪਟਿਆਲੇ ਕੋਚ ਸੀ ਕੁੜੀਆਂ ਦਾ, ਹੋਕੀ ਦਾ। ਅੱਛਾ, ਐੱਮ ਐੱਸ ਸੀ ਕੀਤੀ ਆ? ਹਾਂਜੀ। ਕਿੱਥੋਂ ਕੀਤੀ ਜੀ? ਪਟਿਆਲਾ, ਪੰਜਾਬੀ ਯੂਨੀਵਰਸਿਟੀ ਪਟਿਆਲਾ। ਓਕੇ, ਬਲਦੇਵ ਸਿੰਘ ਜੀ, ਮੈਂ ਮੇਰੇ ਮਾਮੇ ਦਾ ਮੁੰਡਾ ਉੱਥੋਂ ਕੀਤੀ। ਓਕੇ, ਆਹ ਲੱਤਾਂ ਨੂੰ ਕੀ ਗੱਲ ਹੋਈ ਆ? ਲੱਤਾਂ ਨੂੰ ਜੀ 30 ਸਾਲ ਹੋ ਗਏ ਨੇ, ਮੈਂ ਹਾਵੜੀ ਤੋਂ ਪੂੰਟੀ ਦੁੱਧ ਲੈਣਾ ਆਇਆ ਦੁੱਧ। ਅੱਛਾ ਜੀ। ਨਾਲ ਹੋਕੀ ਖੇਡਦਾ ਸੀ ਇੱਕ ਮੁੰਡਾ ਹਿਮਾਚਲ ਦਾ, ਅੰਬ ਨਹੀਂ ਅੰਬ, ਹਾਂਜੀ, ਉਹਨਾਂ ਤੋਂ ਕਿ ਅੰਬ ਹੈ, ਬਾਬਾ ਵਰਪਾਕ ਸਿੰਘ ਦੀ ਗੱਦੀ ਨੂੰ ਜਾਣਦੇ ਹੋ ਗਏ। ਹਾਂਜੀ, ਹੈ ਗੱਦੀ ਹੈ ਜੀ। ਹਾਂਜੀ, ਉੱਥੇ ਜਾਣਾ ਸੀ ਉਹਨਾਂ ਖੇਡਣ ਵਾਸਤੇ। ਅੱਛਾ ਜੀ। ਮੈਂ ਉਹਨੂੰ ਕਹਿਣ ਦਿਆ, ਮੈਂ ਤੂੰ ਤਿਆਰ ਹੋ ਜਾ, ਅਤੇ ਮੈਂ 2 ਮਿੰਟ 'ਚ ਆਇਆ। ਓਕੇ, ਅਤੇ ਬੇਟੇ ਮੈਨੂੰ ਨਹੀਂ ਪਤਾ ਐਟ ਏ ਟਾਈਮ ਆਖੀ ਰਹਿਣ ਹੋ ਗਿਆ, ਮੈਨੂੰ ਕੋਈ ਨਹੀਂ ਪਤਾ। ਪਤਾ ਨਹੀਂ ਲੱਗਾ ਕੀ ਗੱਲ ਹੋਈ? ਪਤਾ ਹੀ ਨਹੀਂ ਜੀ, ਇੱਧਰ ਬੱਸ, ਫਿਰ ਬਾਅਦ 'ਚ ਪਤਾ ਲੱਗਾ ਇੱਧਰ ਬੱਸ ਜਾਣ ਲਈ ਸੀ, ਮੀਂਹ ਪੈਣ ਡਿਆ ਸੀ। 8 ਜੂਨ ਦੀ ਗੱਲ ਹੈ। ਇੱਧਰ ਕਿੰਨੇ ਸਾਲ ਹੋ ਗਏ? 30 ਈਅਰ ਹੋ ਗਏ। 30 ਸਾਲ ਟਰੈਲੀ ਜਾਣ ਲਈ ਸੀ ਇੱਧਰ, ਜੋ ਸਲਿਪ ਹੋ ਗਈ ਨਾ, ਮੋਟਰਸਾਈਕਲ ਡਿੱਗ ਗਿਆ ਮੈਂ, ਉਹ ਟਰੈਲੀ ਦੇ ਟਾਇਰ ਉੱਪਰ ਨਿਕਲ ਗਿਆ, ਦੋਵੇਂ ਲੱਤਾਂ ਗਈਆਂ। ਆ ਗਿਆ ਹੁਣ ਘਰੋਂ ਆਏ ਨੂੰ ਕਿੰਨੇ ਕੁ ਦਿਨ ਹੋ ਗਿਆ? ਮੈਂ ਬੇਟੇ 4-5 ਦਿਨ ਹੋ ਗਏ। 4-5 ਦਿਨ ਹੋਏ ਆ? ਅੱਛਾ ਜੀ। ਅਤੇ ਮੇਰੇ ਕੋਲ ਜੋ ਮੈਂ ਮੈਡੀਸਨ ਲੈਂਦਾ ਐਲਪ੍ਰੈਕਟਰ, ਉਹ ਮੇਰੇ ਕੋਲ ਹੈ ਨਹੀਂ, ਚਿਰ ਘਬਰਾ ਲਿਆ ਬਹੁਤ ਜ਼ਿਆਦਾ। ਹੱਥ ਦਿਖਾਓ ਇੱਦਾਂ, ਆਪਣੇ ਹੱਥ ਕਰੋ ਇੱਦਾਂ। ਹਾਂਜੀ, ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗ ਜੀ, ਅੱਜ ਅਸੀਂ ਆਏ ਹਾਂ ਜ਼ਿਲ੍ਹਾ ਪਟਿਆਲਾ ਅਤੇ ਪਿੰਡ ਨਯਾ ਗਿਓ ਹਾਂ, ਉੱਥੇ ਚੌਂਕ ਦੇ ਵਿੱਚ ਖੜ੍ਹੇ ਹਾਂ। ਤਾਂ ਬਜ਼ੁਰਗ ਤੁਸੀਂ ਮੇਰੇ ਲਾਗੇ ਦੇਖ ਰਹੇ ਜੇ, ਦੋਵਾਂ ਲੱਤਾਂ ਤੋਂ ਆ ਰਹੀ ਆ, ਦੋਵੇਂ ਲੱਤਾਂ ਗੋਡਿਆਂ ਤੋਂ ਥੋੜ੍ਹੇ ਵਿਚਾਰੇ ਦੇ ਲੱਤਾਂ ਨਹੀਂ ਦੋਵੇਂ ਹੈਗੀਆਂ। ਅਤੇ ਇਹ ਵੀਰ ਜੀ ਹੁਣਾਂ ਨੇ ਫੋਨ ਕੀਤਾ ਸੀਗਾ ਕਿ ਵੀਰ ਕੋਈ ਬਜ਼ੁਰਗ ਵੀਰ ਆ, ਕੋਈ ਲਵਾਰ ਸਵਾਹ ਇੱਦਾਂ ਤੁਰਿਆ ਫਿਰਦਾ ਵਾ। ਅਤੇ ਜਦੋਂ ਬਜ਼ੁਰਗਾਂ ਨਾਲ ਗੱਲ ਕੀਤੀ, ਇਹ ਦੱਸਦੇ ਪਏ ਕਿ ਮੇਰੇ ਸਾਰੀ ਜਿਹੜੀ ਫੈਮਿਲੀ ਆ ਫੋਰਨ ਦੇ ਵਿੱਚ ਵੈਟ ਸੈਟਲਡ ਆ, ਮੇਰੀ ਮਿਸਿਜ ਆ, ਮੇਰੀਆਂ ਬੱਚੀਆਂ ਵਾ, ਭਰਾ ਵਾ, ਉਹ ਸਾਰੇ ਅਮੈਰੀਕਾ ਦੇ ਵਿੱਚ ਆ, ਅਤੇ ਗੁੜੀਆ ਇਹਦੀ ਆ, ਉਹ ਵੀ ਡਾਕਟਰ ਵਾ, ਅਤੇ ਉਹ ਵੀ ਇੰਗਲੈਂਡ ਦੇ ਵਿੱਚ ਆ। ਅਤੇ ਬਾਬਾ ਜੀ ਕੋਈ ਨੰਬਰ ਹੈਗਾ ਉਹਨਾਂ ਦਾ? ਨੰਬਰ ਬੇਟੇ ਹੈ ਗੁੜੀਆ ਦਾ 999।
ਇਹ ਇੰਡੀਅਨ ਨੰਬਰ ਆ 999 ਵਾਲਾ ਦਾ? ਆਈ ਹੈ ਬੇਟੀ, ਆਈ ਹੋਈ ਹੈ। ਓਕੇ, ਤੇ ਖਨੌਰੀ ਦੇ ਕੋਲ ਹੀ ਪਿੰਡ ਪੈਂਦਾ ਹੈ। 999। ਅੱਛਾ, ਵਿਆਹੀ ਆ? ਹਾਂ, ਮੈਰਿਡ ਆ ਬੇਟੀ। 999 999 ਹਾਂਜੀ 60। ਹਾਂਜੀ, ਤੁਸੀਂ ਇਹ ਨੰਬਰ ਡਾਇਲ ਕੀਤਾ ਸੀਗਾ? ਇਹ ਨੰਬਰ ਡਾਇਲ ਕੀਤਾ, ਕੋਈ ਗੱਲ ਲੱਗਦਾ ਨਹੀਂ ਜੀ? ਲੱਗਦਾ ਨਹੀਂ ਪਿਆ? ਮੈਡਮ ਦਾ ਬਣਾ ਲਓ ਤੁਹਾਡੀ ਮੈਸੇਜ ਦਾ, 90945। 90945 ਹਾਂਜੀ, ਨੰਬਰ ਹੈਗਾ ਜੀ। ਹਾਂਜੀ, ਆਪਾਂ ਨੇ ਲਾਇਆ ਸੀ ਫੋਨ ਪਹਿਲਾਂ ਇਹਨਾਂ ਨੂੰ। ਹਾਂਜੀ, ਉਹ ਤਾਂ ਕਹਿੰਦੇ ਜੀ ਮਤਲਬ ਇਹਨੂੰ ਕਿੱਥੇ ਮਰਜ਼ੀ ਛੱਡ ਦਿਓ, ਪਰ ਅਸੀਂ ਨਹੀਂ ਸੰਭਾਲਣਾ ਹੈਗਾ ਵੀ ਅਸੀਂ ਮਤਲਬ ਉਹਨਾਂ ਨੇ ਇਹ। ਮੈਨੂੰ ਫੋਨ ਤੋਂ ਲੱਗ ਗੱਲ ਤੇ ਕਰਾਇਓ, ਇਹਨਾਂ ਦਾ ਨਾਂ ਕੀ ਸੀਗਾ? ਪ੍ਰੋਫਿਟ ਸਿੰਘ, ਲਾਭ ਸਿੰਘ। ਜ਼ਮੀਨ ਵੀ ਇਹਦੇ ਬਾਬਾ ਜੀ 20 ਕਿੱਲੇ। ਹੈਲੋ, ਹਾਂਜੀ ਭੈਣੇ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਅਸੀਂ ਭੈਣੇ ਅਨਾਥ ਆਸ਼ਰਮ ਤੋਂ ਬੋਲਦੇ ਹਾਂ, ਤਰਨ ਤਾਰਨ ਡਿਸਟ੍ਰਿਕਟ ਤੋਂ। ਹਾਂਜੀ, ਇੱਕ ਨਾ ਵੀ ਸਾਡੇ ਕੋਲ ਬਜ਼ੁਰਗ ਆਏ ਆ, ਦੋਵੇਂ ਉਹਨਾਂ ਦੇ ਥੱਲੇ ਲੱਤਾਂ ਨਹੀਂ ਹੈਗਾ। ਅੱਛਾ ਜੀ, ਫਿਰ ਅਸੀਂ ਅਮਰ ਹਸਪਤਾਲ ਚ ਇਲਾਜ ਵੀ ਇਹਦਾ ਬੇਟਾ ਕਰਾਇਆ। ਹੁਣ ਵੀ ਜਿੱਦਣ ਦੀ ਪੈਨਸ਼ਨ ਜਦੋਂ ਫਿਰ ਸੁਣਾਉਂਦੀ ਹੈ ਉਦੋਂ ਘਰੋਂ ਨਿਕਲ ਜਾਂਦਾ ਬੇਟਾ। ਪੈਨਸ਼ਨ ਪੈਨਸ਼ਨ ਕਾਦੀ ਆਉਂਦੀ ਇਹਨਾਂ ਦੀ? ਹਾਂਜੀ, ਪੈਨਸ਼ਨ ਕਾਦੀ ਆਉਂਦੀ ਇਹਨਾਂ ਦੀ? ਇਹਨਾਂ ਨੂੰ ਕੋਈ ਟੈਨਸ਼ਨ ਨਹੀਂ ਬੇਟਾ। ਨਹੀਂ, ਮੇਰੇ ਕਹਿਣ ਦਾ ਮੀਨਿੰਗ ਆ ਵੀ ਇਹਨੂੰ ਕਾਦੀ ਪੈਨਸ਼ਨ ਕਾਦੀ ਆਉਂਦੀ ਪੈਨਸ਼ਨ? ਹਾਂਜੀ, ਗਰਲਫ੍ਰੈਂਡ ਦੀ ਇਹਦੀ ਮੰਮੀ ਨੇ ਲਵਾਈ ਹੋਈ ਸੀ। ਹੈਂਡੀਕੈਪ ਦੀ ਆ ਕਿ ਜਾਂ ਕੋਈ ਇਹਨਾਂ ਦੀ? ਹਾਂਜੀ, ਹੈਂਡੀਕੈਪ ਦੀ ਪੈਨਸ਼ਨ ਆ ਕਿ ਜਾਂ ਕੋਈ ਇਹਨਾਂ ਦੀ ਕੁਆਲੀਫਿਕੇਸ਼ਨ ਆ ਕੋਈ ਜਾਂ ਜੋਬ ਆ ਕੋਈ? ਪਿੰਡ ਕਿਹੜਾ ਤੁਹਾਡਾ? ਬੜੇ ਤੰਗ ਹੋਏ ਪਏ ਆ ਬੇਟਾ, ਹਾਬੜੀ। ਕਿਹੜਾ? ਹਾਬੜੀ ਬੇਟਾ, ਦੂਜਾ ਵੀ ਪੌਂਡਰੀ ਦੇ ਨਾਲ ਪੌਂਡਰੀ ਪੌਂਡਰੀ ਨੂੰ ਹਾਬੜੀ ਬੇਟਾ। ਓਕੇ ਓਕੇ ਜੀ, ਓਕੇ ਓਕੇ। ਹਾਂਜੀ ਹਾਂਜੀ, ਅਸੀਂ ਵੀ ਹੁਣ ਚੰਗੀ ਹੋ ਕਰਦੇ ਆ ਵੀ ਚਲੋ ਸੜਕ ਤੇ ਨਾ ਇਹਨੂੰ ਕਿਤੇ ਸਾਂਭਿਆ ਜਾਏਗਾ, ਸੜਕ ਤੇ ਨਾ ਇਹਨੂੰ ਕੁਛ ਹੋਊ ਬੇਟਾ। ਭੈਣੇ, ਅਸੀਂ ਤੇ ਚਲੋ ਆਸ਼ਰਮ ਦੇ ਵਿੱਚ ਤੋਂ ਬਾਹਰ ਵੀ ਜਾਣਾ ਪੈਂਦਾ ਬੇਟਾ, ਕਰਨਾ ਹੀ ਪੈਂਦਾ ਬੇਟਾ। ਨਹੀਂ, ਆਸ਼ਰਮ ਦੇ ਵਿੱਚ ਅਸੀਂ ਤੇ ਇਹਨਾਂ ਨੂੰ ਆਸ਼ਰਮ ਲੈ ਜਾਾਂਗੇ, ਹਨਾ। ਪਰ ਭੈਣੇ, ਰੱਬ ਨਾ ਕਰੇ ਹਨਾ ਆਪਣੇ ਨਾਲ ਕੋਈ ਇਹੋ ਜੀ ਪ੍ਰੋਬਲਮ ਹੋ ਜੇ ਹਨਾ, ਤੇ ਆਪਾਂ ਨੂੰ ਕੋਈ ਇਦਾਂ ਰੋਡ ਤੇ ਛੱਡ ਦੇ ਤੇ ਆਪਾਂ ਨੂੰ ਹਨਾ ਵਧੀਆ ਲੱਗੂਗਾ। ਜਾਣਾ ਬਿਲਕੁਲ ਵਧੀਆ ਨਹੀਂ ਲੱਗਦਾ ਬੇਟੇ, ਇਹਦੇ ਹਾਲਾਤ ਦੇਖੋ ਬੇਟਾ, ਸਾਡੀਆਂ ਚੰਗੀਆਂ ਬੜੀਆਂ ਲੱਤਾਂ ਨੇ ਬੇਟਾ, ਉੱਥੇ ਤੱਕ ਅਸੀਂ ਜਾ ਨਹੀਂ ਸਕਦੇ। ਹਾਂਜੀ, ਤੇ ਇਹ ਦੇਖੋ ਕਿੱਥੇ ਦੀ ਕਿੱਥੇ ਪਹੁੰਚ ਜਾਂਦਾ ਬੇਟੇ, ਰਿਸ਼ਤੇਦਾਰਾਂ ਦੇ ਰਿਸ਼ਤੇਦਾਰ ਵੀ ਨਹੀਂ ਮੂੰਹ ਲਾਉਂਦੇ, ਕੌਣ ਲਾਉਂਦਾ ਬੇਟਾ? ਵਾਹਿਗੁਰੂ। ਤੁਸੀਂ ਇੱਦਾਂ ਕਰੋ ਨਾ, ਤੁਸੀਂ ਇਹਨੂੰ ਇੱਥੋਂ ਤੁਸੀਂ ਇੱਕ ਵਾਰ ਸਾਡੇ ਕਹਿਣ ਤੇ ਇਹਨੂੰ ਇੱਥੋਂ ਲੈ ਜਾਓ, ਬਾਈ ਰੱਬ ਨਾ ਕਰੇ ਕੱਲ ਨੂੰ ਜੇ ਤੁਹਾਨੂੰ ਤੰਗ ਕਰੂਗਾ ਤੁਹਾਡੇ ਘਰੋਂ ਅਸੀਂ ਲੈ ਜਾਵਾਂਗੇ। ਹਾਂਜੀ, ਇੱਕ ਵਾਰੀ ਤੁਸੀਂ ਮੈਂ ਭੈਣੇ ਮੈਂ ਰਿਕੁਐਸਟ ਕਰਦਾ ਵਾਂ ਕਿ ਸਾਡੇ ਆਸ਼ਰਮ ਦੇ ਵਿੱਚੋਂ ਵੀ ਬਾਹਰ ਨਹੀਂ ਜਾ ਸਕਦਾ, ਠੀਕ ਹੈ ਜੀ?
ਕਿਉਂਕਿ ਪੱਕਾ ਲੌਕ ਹੁੰਦਾ ਵਾ, ਉੱਥੇ ਕੱਚ ਲੱਗਾ, ਸਭ ਕੁਛ ਹੈ ਪ੍ਰੋਪਰ, ਮਤਲਬ ਕਿ ਉੱਥੇ ਹੈਗੀ ਆ ਸਹੂਲਤ ਹੈਗੀ ਆ। ਪਰ ਮੈਂ ਇੱਕ ਬੇਨਤੀ ਕਰਦਾ ਕਿ ਤੁਸੀਂ ਇੱਕ ਵਾਰੀ ਸਾਡੇ ਕਹਿਣ 'ਤੇ ਆ ਕਰ ਇਹਨੂੰ ਲੈ ਜਾਓ, ਠੀਕ ਹੈ ਜੀ। ਚਲੋ ਜੇਕਰ ਅੱਗੇ ਤੋਂ ਗਲਤੀ ਕਰੂਗਾ, ਜੇ ਤੁਹਾਨੂੰ ਸਤਾਊਗਾ, ਅਸੀਂ ਲੈ ਜਾਵਾਂਗੇ। 3-4 ਮਹੀਨੇ ਰੱਖ ਲਓ, ਕਿ ਠੀਕ ਹੋ ਗਿਆ, ਠੀਕ ਹੋ ਗਿਆ, ਅਸੀਂ ਲੈ ਆਵਾਂਗੇ, ਤੁਹਾਡੀ ਬੜੀ ਮਿਹਰਬਾਨੀ ਹੋਵੇਗੀ, ਪਹਿਲਾਂ ਤਾਂ ਠੀਕ ਹੋ ਜਾਏ ਫਿਰ ਦੁਬਾਰਾ। ਹਾਂਜੀ ਨਹੀਂ ਠੀਕ, ਮਤਲਬ ਹੁਣ ਇਹਨੂੰ ਦੇਖ ਸਭ ਕੁਛ, ਫਿਰ ਵੀ ਬੇਟਾ ਅਸੀਂ ਸਮਝਿਆ ਇਹਨੂੰ ਬਿਲਕੁਲ ਵੀ ਘਰ ਦਾ ਡੀਏ। ਚਲੋ ਮੈਂ ਇਹਨਾਂ ਨੂੰ ਲੈ ਜਾਂਦਾ ਵਾਂ, ਠੀਕ ਆ ਜੀ। ਅੱਜ ਤੋਂ 4-5 ਮਹੀਨੇ ਤੱਕ ਤੁਸੀਂ ਇਹਨਾਂ ਨੂੰ ਲੈ ਜਾਓਗੇ ਆਣ ਕੇ। ਆਪ ਤੇ ਕੰਨ ਤੇ ਚੜ ਨਹੀਂ ਸਕਦੇ, ਕਿਉਂਕਿ ਇਹਨਾਂ ਦੀ ਹਨਾ ਨੀਚੇ ਦਾ ਪੋਸ਼ਣ ਕੰਮ ਨਹੀਂ ਕਰਦਾ, ਇਹਨਾਂ ਹੈਗਾ ਹੀ ਨਹੀਂ ਆ ਤੇ। ਪਰ ਇਹ ਆ ਕਿ ਤੁਸੀਂ ਬਾਅਦ ਵਿੱਚ ਆਣ ਕੇ ਲੈ ਜ਼ਰੂਰ ਜਾਓ। ਤੁਸੀਂ ਇੱਦਾਂ ਕਰਿਓ, ਐਡਰੈਸ ਮੈਂ ਆਪਣਾ ਦੇ ਦੇਣਾ, ਇੱਕ ਵਾਰੀ ਤੁਸੀਂ 1-2 ਦਿਨਾਂ ਤੱਕ, ਹਫ਼ਤੇ ਤੱਕ ਇੱਕ ਵਾਰੀ ਆਣ ਕੇ ਆਸ਼ਰਮ ਮਿਲ ਕੇ ਜ਼ਰੂਰ ਜਾਇਓ, ਠੀਕ ਹੈ ਜੀ। ਕਿਉਂਕਿ ਗੱਲ ਪਹਿਣੇ ਗੱਲ ਪਤਾ ਕੀ ਹੁੰਦੀ ਆ, ਰੱਬ ਨਾ ਕਰੇ ਕੱਲ੍ਹ ਨੂੰ ਇਹਨਾਂ ਨੂੰ ਕੋਈ ਉੱਥੇ ਪ੍ਰੋਬਲਮ ਆ ਜਾਏ ਆਸ਼ਰਮ ਦੇ ਵਿੱਚ ਰਹਿੰਦਿਆਂ, ਇਹਨਾਂ ਨੂੰ ਕੋਈ ਪ੍ਰੋਬਲਮ ਦਿੱਕਤ ਆ ਜਾਏ, ਸਾਨੂੰ ਫਿਰ ਕੁਛ ਮੁਸ਼ਕਲ ਕ੍ਰੀਏਟ ਹੋ ਜਾਏ ਵੀ ਸਾਡੇ ਵਾਸਤੇ ਤੁਸੀਂ ਕਹਿ ਦਿਓ ਵੀ ਸਾਡਾ ਬੰਦਾ ਸੀਗਾ, ਇਹਨੂੰ ਆਹ ਦਿੱਕਤ ਹੋ ਗਈ, ਉਹ ਦਿੱਕਤ ਹੋ ਗਈ, ਠੀਕ ਹੈ ਜੀ। ਅਸੀਂ ਤੁਹਾਡੇ ਕੋਲ ਹਾਂਜੀ ਕੁਝ ਨਹੀਂ ਹੁੰਦਾ ਭੈਣੇ, ਇੱਦਾਂ ਕੁਝ ਨਹੀਂ ਹੁੰਦਾ, ਬਸ ਇਹੋ ਰਿਕੁਐਸਟ ਹੈ ਕਿ ਤੁਸੀਂ ਇਹਨਾਂ ਨੂੰ ਆਪ ਆਣ ਕੇ ਮਿਲ ਕੇ ਜ਼ਰੂਰ ਜਾਇਓ ਇੱਕ ਵਾਰੀ, ਅਤੇ ਬਾਅਦ 3-4 ਮਹੀਨੇ ਬਾਅਦ ਇਹਨਾਂ ਨੂੰ ਲੈ ਜਾਓ। ਤੁਸੀਂ ਨਾ ਇੱਕ, ਚਲੋ ਮੈਂ ਤੁਹਾਡੇ ਨਾਲ ਐਗਰੀ, ਇੱਕ ਆਪਣੀ ਆਧਾਰ ਕਾਰਡ ਦੀ ਫੋਟੋ ਇਸੇ ਨੰਬਰ 'ਤੇ ਮੈਨੂੰ ਭੇਜ ਦਿਓ। ਇੱਥੋਂ ਕਿੰਨਾ ਕੁ ਦੂਰ ਪੈਂਦਾ ਇਹਨਾਂ ਦਾ ਪਿੰਡ? 2-3 14 ਕਿਲੋਮੀਟਰ ਪੈਣੇ। ਇੱਕ ਵਾਰੀ ਪਤਾ ਗੱਲ ਕੀ, ਇੱਕ ਵਾਰੀ ਮੈਂ ਚਾਹੁੰਦਾ ਕਿ ਮੈਂ ਤੁਹਾਨੂੰ ਮਿਲ ਲਵਾਂ ਇੱਥੋਂ, ਤੁਹਾਡਾ ਘਰ ਇੱਥੋਂ 14-15 ਕਿਲੋਮੀਟਰ ਆ, ਠੀਕ ਹੈ ਜੀ। ਇੱਕ ਵਾਰੀ ਜੇਕਰ ਤੁਸੀਂ ਇੱਥੇ ਆਣ ਕੇ ਮਿਲ ਸਕਦੇ ਜੀ ਤਾਂ ਵੇਖ ਲਓ। ਮੈਂ ਇਹ ਕਹਿ ਰਿਹਾ ਵਾਂ ਕਿ ਜੇਕਰ ਤੁਸੀਂ ਇੱਥੇ ਆਣ ਕੇ ਮਿਲ ਲਓ ਤਾਂ ਵਧੀਆ ਗੱਲ, ਕਿਉਂਕਿ ਇੱਥੋਂ ਤੁਹਾਨੂੰ 15 ਕਿਲੋਮੀਟਰ ਪੈਣਾ ਜੇ ਸਾਡਾ, ਫਿਰ ਪੈਣੇ ਸਾਡਾ ਇੱਥੋਂ 250 ਕਿਲੋਮੀਟਰ ਪੈ ਜਾਣਾ ਫਿਰ ਤੁਹਾਨੂੰ, ਫਿਰ ਆਉਣਾ ਪੈਣਾ ਤੁਹਾਨੂੰ ਇੱਕ ਵਾਰੀ। ਚਲੋ ਮੈਂ ਐਗਰੀ ਹਾਂ ਤੁਹਾਡੇ ਨਾਲ, ਪਰ ਬਾਅਦ ਵਿੱਚ ਆਣ ਕੇ ਇੱਕ ਵਾਰੀ ਮਿਲ ਕੇ ਜ਼ਰੂਰ ਜਾਇਓ, ਠੀਕ ਹੈ ਜੀ। ਅਤੇ ਇਹਨਾਂ ਨੂੰ ਬਾਅਦ ਅੱਜ ਤੋਂ ਚਲੋ ਮੈਂ ਲੈ ਜਾਣਾ ਇਹਨਾਂ ਨੂੰ। ਚਲੋ ਹਾਂ ਨਾ ਨੰਬਰ, ਚਲੋ ਠੀਕ ਹੈ ਭੈਣ ਜੀ। ਹਾਂਜੀ ਕਿੱਦਾਂ ਕਿੱਦਾਂ ਨਹੀਂ ਦਿੱਕਤ ਕਾਹਦੀ ਭੈਣੇ, ਭੈਣੇ ਇੱਕ ਵਾਰੀ ਆਪ ਆਣ ਕੇ ਦੇਖ ਲਿਓ ਉੱਥੇ। ਹਾਂ ਦੇਖ ਲਿਓ ਇੱਕ ਵਾਰੀ ਆਪ ਆਣ ਕੇ, ਇਹੋ ਜਿਹੀ ਕੋਈ ਦਿੱਕਤ ਨਹੀਂ ਆ। ਫੜੀ ਯਾਰ ਨਾਲੇ ਫੜੋ ਯਾਰ ਮੈਂ ਹਾਂ ਜੀ, ਮਤਲਬ ਨਾ ਕਿ ਇਹਨਾਂ ਨੇ ਜ਼ਮੀਨ ਠੇਕੇ ਦੀ ਦਿੱਤੀ ਸੀ, ਰੋਟੀ ਵੀ ਕਹਿੰਦਾ ਉਹ ਦਿੰਦੇ ਸੀ ਮੈਨੂੰ ਘਰ ਦੇ ਵਿੱਚ, ਕਹਿੰਦਾ ਰੋਟੀ ਦੀ ਵੀ ਸੁਣੋ ਨਾ ਥੋੜੀ ਯਾਰ। ਪਤਾ ਗੱਲ ਕੀ ਆ, ਮੇਰੀ ਗੱਲ ਸੁਣੋ, ਮੈਨੂੰ ਮੈਂ ਇਹਦੀ ਮੈਂ ਇਹਨੂੰ ਲੈ ਕੇ ਇਹਦੇ ਪਰਿਵਾਰ 'ਚ ਜਾਊਂਗਾ, 3-4 ਮਹੀਨੇ ਆਪਣੇ ਕੋਲ ਰੱਖ, ਇਹਨੂੰ ਮੈਂ ਲੈ ਕੇ ਜਾਊਂਗਾ ਇਹਦੇ ਪਰਿਵਾਰ 'ਚ, ਜੇਕਰ ਇਹਦੇ ਨਾਲ ਧੱਕਾ ਹੁੰਦਾ ਵਾ ਤਾਂ ਇਹਦੇ ਨਾਲ ਖੜਾਂਗੇ ਆਪਾਂ।
ਇੱਕ ਬੇਵਾਸ ਹੋਊਗਾ ਵੀ ਰੁਪਿਆ। ਹਾਂ ਮੈਨੂੰ ਹੁਣ ਦਵਾਈ ਮਿਲ ਜਾਏ, ਦਵਾਈ ਤੈਨੂੰ ਦਵਾ ਦਿੰਦੇ ਹਾਂ। ਦਵਾਈ ਵਿੱਚ ਮੈਂ ਬੜਾ ਬੁਰਾ ਹਾਲ ਹੈ, ਮੈਂ ਚਾਰ ਦਿਨ ਹੋ ਗਿਆ ਸੁੱਤਾ ਕੋਈ ਮਰਦਾ ਹੈਗਾ। ਦਵਾਈ ਕਿਹੜੀ ਪੀਣੀ ਆ? ਦਵਾਈ ਮੈਂ ਐਲਪ੍ਰੈਕਸ ਖਾਣਾ ਮੈਂ। ਕੋਈ ਗੱਲ ਨਹੀਂ, ਤੈਨੂੰ ਉੱਥੇ ਮੈਡੀਸਿਨ ਦਵਾ ਦਿੰਦੇ ਹਾਂ, ਐਲਪੈਕਸ ਨਹੀਂ ਮੈਨੂੰ ਪਤਾ ਨਹੀਂ ਕਿੱਥੋਂ ਮਿਲਣੀ ਆ। ਤਿੰਨ ਚਾਰ ਦਿਨ 'ਚ ਮੈਂ ਸੈੱਟ ਹੋ ਲਿਆ। ਕੋਈ ਗੱਲ ਨਹੀਂ, ਤੈਨੂੰ ਦਿੰਦੇ ਹਾਂ ਦਵਾਈ, ਵੀਰੇ ਚੱਕੇ ਯਾਰ, ਚਲੋ ਗੱਡੀ ਬਿਠਾ ਦੇ।